दुनिया में कहते महान खिलाड़ी कोई आया है, एक खिलाड़ी आया है जिन्हें कहते शेर जे दिन स्कूटर जितते है, सत्त कहते मोटरसाइकिल जितते है, दो गड्डिया जितने वाला अनेक कहते वाशिंग मशीन जेतू कहते ब्राणा के घर की सुल्तान जिन्हों दुनिया ग्लैडिएटर भी कहती है, आओ कहते तरविंदर ब्राण आया मुंडा सोसन की धरती का रामपुरे मंडी की बैठक है कल्याण सुखे की बाल होगी दर्शक भी हो आओ तगड़े मैं शुरुआत शुरुआत है मेरे भीर एक खिलाड़ी आया जिन्हें बहादुरपुर के टूरनामेंट के मोटरसाइकिल जितने आया ने भी काके कर भी फतह सिंह जी मंडे आ खिलाड़ी कल कहते मेरे भीर एक स्कोर पर मोटरसाइकिल हरिया है यह कहते चप्पे नंखेड़े के टूरनामेंट का एलईडी का जेतु संदीप सिंह धमान नाम है दुनिया काका काका कहने के मेरे भीर एक खिलाड़ी ट्रॉली भाई एरिए आया नहीं पुराना कर भी समय साड़ी लोगों को दस रही सोसर वाल आ गया मंदा कहने तलविंदर आ गया सरदार बूटा सिंह सरपंच का पुत्र कहने तलविंदर जिन्हें दो गड्डिया जितिया मेरे भीर सत मोटरसाइकिल जितते हैं और गल कहने हो मैं जो चोटी करी चेक हो पहला दसिया भी टीजरी बाकी है पहला तो कहते बैट्समैन उतो बाला चेक कर लो दूजी वाली बाला चेक नहीं होनी है एक बारी भी ओपनर बाला चेक कर लैन तरविंदर एक बारी तो तीजा बैट्समैन बाला चेक करो मामे पिंड है लाइव देख रही है सहज धारी उस बच्ची का भी बहुत बड़ा जेड़ा है इस गल ना झूठ ना जानी कुंडिया ने सिंह फस गए मुकाबले की शुरुआत होनी आ रही है एक पासे कहते ना ट्रैक्टर का जेतू है मोटरसाइकिल का जेतू चेतकों का जेतू दुनिया का कहते महान खिलाड़ी मेरे वीरो बलविंदर सिंह डॉक्टर दुनिया कहती है इधरले पासे कहते संदीप मोटरसाइकिल छे मोटरसाइकिल उन्हें जीते हैं अठ ते छे चौदह मोटरसाइकिल एक खरा पंद्रह जिन्हें अगला बैट्समैन आना है पंद्रह मोटरसाइकिल दो गड्डिया एक ट्रैक्टर चेतकों की कोई गिनती नहीं मेरे भीर एक बड़े मैच की शुरुआत होने जा रही है गल मुकती भी अज ने कहते करीब पुजी हुई है क्रिकेट की कहते करीब पुजी हुई है आओ पहला ओवर पाने लई बलविंदर सिंह डॉक्टर बठिंडे की धरती ने कहते तैयार है लो पहली बार पै गई है पहली तो रब्बा दे रब्बा सानू माफी दी उड़ीक सी चल रहा सी केस गले जलंधर मोगे दे
ਭਾਈ ਪਾਸ ਨਾ ਸੰਗ ਆਏ ਪਤੰਦਰ ਨੂੰ। ਇਹ ਕਹਿੰਦੇ ਜਿਹੜੇ ਮੋਗੇ ਨਾ ਮੇਰੇ ਵੀਰੋ ਡੋਲੀ ਭਾਈ ਦੇ ਕਹਿੰਦੇ ਏਰੀਏ ਦਾ ਦੁਨੀਆ ਦਾ ਮਹਾਨ ਖਿਡਾਰੀ ਹੈ ਇਹ ਸਰਦਾਰ ਬੂਟਾ ਸਿੰਘ ਸਰਪੈਂਦਾ ਲਾਂਡੇ ਹੈਗੇ ਮੇਰੇ ਵੀਰੋ ਤਲਵਿੰਦਰਦਾਰ ਤੇ ਬਠਿੰਡੇ ਵਾਲਾ ਬਠਿੰਡੇ ਵਾਲਾ ਆਓ ਕਹਿੰਦੇ ਡਾਕਟਰ ਦੀਆਂ ਬਾਲਾਂ ਪੈਰੀਆਂ ਲੈ ਵੀ ਰਾਮਪੁਰੇ ਵਾਲਿਆ ਬਾਲਾਂ ਤੇ ਫਰਨੀਆਂ ਪੈਣੀਆਂ ਬਾਲਾਂ ਦੇ ਕਹਿੰਦੇ ਫਰਨੀਆਂ ਪੈਣਗੀਆਂ ਆਹ ਮੁਕਾਬਲਾ ਕਹਿੰਦੇ ਚੋਟੀ ਦਾ ਖੇਡੇ ਆ ਰਿਹਾ ਹੈ ਬਾਲਾਂ ਦਿਓ ਜੀ ਕਹਿੰਦੇ ਬਾਲ ਬਦਲੇ ਗੱਭਰੂ ਫੇਰ ਤਿਆਰ ਹੈ ਲੋ ਬਠਿੰਡੇ ਵਾਲੇ ਦੀ ਬਾਲ ਪੈ ਰਹੀ ਹੈ ਡਾਕਟਰ ਤਲਵਿੰਦਰ ਤਲਵਿੰਦਰ ਮੇਰੇ ਵੀ ਡੋਲੀ ਭਾਈ ਦਾ ਏਰੀਆ ਡੋਲੀ ਭਾਈ ਦੀ ਉਹ ਧਰਤੀ ਹੈ ਜਿੱਥੋਂ ਕਹਿੰਦੇ ਕੱਟੇ ਮੇਰੇ ਵੀਰੋ ਬਿਨਾਂ ਬਲਦਾਂ ਤੋਂ ਆ ਗਏ ਸੀਗੇ ਭਾਈ ਰੂਪੇ ਚੱਲ ਗਏ ਭਾਈ ਰੂਪੇ ਤੇ ਕਹਿੰਦੇ ਡੋਲੀ ਭਾਈ ਛੇਵੇਂ ਪਾਤਸ਼ਾਹ ਦੀ ਚਰਨਛੋਹ ਪ੍ਰਾਪਤ ਧਰਤੀ ਹੈ ਗੱਲਾਂ ਕਦੇ ਹੁੰਦੀਆਂ ਸਮਾਧ ਭਾਈ ਦੀਆਂ ਕਦੇ ਡੋਲੀ ਭਾਈ ਦੀਆਂ ਕਦੇ ਭਾਈ ਰੂਪੇ ਦੀਆਂ ਆਹ ਮੁੰਡਾ ਕਹਿੰਦੇ ਬਾਕੇ ਪੁਰਾਣੇ ਦੇ ਏਰੀਏ ਦਾ ਮੁੰਡਾ ਕੋੜੇ ਵਾਲਾ ਮੇਸਰੀ ਡੋਲੀ ਭਾਈ ਇਹ ਲਾਗਲੇ ਲਾਗਲੇ ਪਿੰਡਾਂ ਜ਼ਿਲ੍ਹੇ ਮੋਗੇ ਦੇ ਉਹ ਸਿੰਗਲ ਕਹਿੰਦੇ ਜੁੜ ਗਿਆ ਆ ਗਿਆ ਕਹਿੰਦੇ ਮੋਟਰਸਾਈਕਲ ਦਾ ਜੋਤੋ ਵੀ ਉਹ ਗੁਰੂਆਂ ਦੀ ਧਰਤੀ ਉੱਤੇ ਮੱਥਾ ਟੇਕਣ ਨੂੰ ਮੇਰੇ ਨੈਣ ਦੱਸਦੇ ਰਹਿੰਦੇ ਨੇ ਨਨਕਾਰਾਂ ਦੇਖਣ ਨੂੰ ਮੇਰੇ ਨੈਣ ਦੱਸਦੇ ਰਹਿੰਦੇ ਨੇ ਨਕਾਰਾਂ ਦੇਖਣ ਨੂੰ ਉਹ ਸਿੱਧੂਆਂ ਦਾ ਮੁੰਡਾ ਕਹਿੰਦੇ ਗੋਬਿੰਦ ਰਾਮਪੁਰੇ ਦੀ ਧਰਤੀ ਨੇ ਮੇਰੇ ਪੰਜਾਬੀ ਵੀਰੋ ਇਹ ਬਠਿੰਡੇ ਵਾਲੇ ਦੀਆਂ ਬਾਲਾਂ ਪੈ ਰਹੀਆਂ ਆਓ ਸਾਹਮਣੇ ਰਾਮਪੁਰੇ ਵਾਲਾ ਲੈ ਵੀ ਗੋਬਿੰਦ ਕੁੱਤਿਆਂ ਦਾ ਮੇਲਾ ਜੁੱਤਿਆ ਅੱਜ ਜੋਗਾਨੰਦ ਚ ਪਟਾਕੇ ਪੈ ਰਹੇ ਹੈ ਪਈ ਹੋਈ ਬਾਲ ਆਓ ਸਾਹਮਣੇ ਵੀ ਜੱਟ ਦੀ ਕਲਿੱਪ ਵੀ ਨਿਊਜ਼ ਬਣ ਗਈ ਉਹ ਬਣ ਗਈ ਨਿਊਜ਼ ਜੋ ਖੱਟ ਮੂਹਰੇ ਆ ਗਿਆ ਮੇਰੀ ਗੋਦ ਜੀ ਤੋਂ ਸਾਡਾ ਪੁਰਾਣਾ ਸਾਥੀ ਹੈ ਇਹ ਗੱਲਾਂ ਹੋਈਆਂ ਵੀ ਸੱਤੀ ਹੋਈ ਮਿੱਤਰਾਂ ਦੀ ਪੈਰ ਜੁੱਤੀ ਨਾ ਪਾਣਾ ਗੋਲਡੀ ਦੇ ਨਾਲ ਪਿਆਰ ਹੈ ਸਾਡਾ ਵੀਰ ਹੈ ਸਾਡਾ ਪੁਰਾਣਾ ਸਾਥੀ ਹੈ ਤੇ ਗੱਲਾਂ ਕਹਿੰਦੇ ਗੁਰੂ ਗ੍ਰੰਥ ਸਾਹਿਬ ਸਕੂਲ ਦੇ ਲਈ ਕਬੱਡੀ ਦੀਆਂ ਵੀ ਹੁੰਦੀਆਂ ਰਹੀਆਂ ਖੇਡ ਦੇ ਮੈਦਾਨ ਦੇ ਅੰਦਰ ਕਹਿੰਦੇ ਡਾਕਟਰ ਮੇਰੇ ਵੀਰ ਪਰਵਿੰਦਰ ਸਿੰਘ ਪੂਰਾ ਨਾਮ ਰੱਖਿਆ ਮਾਪਿਆਂ ਨੇ ਤੇ ਕ੍ਰਿਕਟ ਨੇ ਕਹਿੰਦੇ ਡਾਕਟਰ ਦਾ ਖਿਤਾਬ ਦੇ ਦਿੱਤਾ ਕ੍ਰਿਕਟ ਨੇ ਕਹਿੰਦੇ ਡਾਕਟਰ ਦਾ ਖਿਤਾਬ ਇੱਕ ਗੰਡਾਸੇ ਦਾ ਖਿਤਾਬ ਹੀ ਦਿੱਤਾ ਹੈ ਮੁੰਡੇ ਨੂੰ ਜਦੋਂ ਇਹ ਚੱਲਦਾ ਹੈ ਤੇ ਕਈਆਂ ਨੇ ਨਿਰਖੋਲਣ ਵਾਲਾ ਮੁੰਡਾ ਹੈ ਆਓ ਸਾਹਮਣੇ ਡਾਕਟਰ ਦੀ ਪਈ ਹੋਈ ਬਾਲ ਤੇ ਗੋਬਿੰਦ ਰਾਮਪੁਰੇ ਵਾਲਾ ਕਹਿੰਦੇ ਟਰਾਈ ਕਰਦਾ ਮੇਰੇ ਵਿੱਚ ਉਹ ਖੇਡ ਮਨਾ ਲੈਂਦਾ ਦੁਨੀਆਂ ਦੀ ਕਹਿੰਦੇ ਸਭ ਤੋਂ ਮਹਿੰਗੀ ਟੱਕਰ ਜੋਗਾਨੰਦ ਵੱਡੇ ਖੇਡ ਮੇਲੇ ਵੀ ਮੇਰੇ ਪੰਜਾਬੀ ਵੀਰੇ ਆਓ ਤੁਹਾਡੇ ਸਾਹਮਣੇ ਹੈ ਲੈ ਬਰਾਰਾ ਮੁੰਡੇ ਕਹਿੰਦੇ ਆ ਵੀ ਅੱਜ ਗਲੈਡੀਏਟਰ ਸਾਡੇ ਹੀ ਰੋਲ ਤੇ ਐਫ ਸਕੋਰ ਹੈ ਮੇਰੇ ਵੀਰ ਆਹ ਖਿਡਾਰੀ ਕਹਿੰਦੇ ਮੋਗੇ ਦੇ ਟੂਰਨਾਮੈਂਟ ਦਾ ਚੇਤਕ ਦਾ ਜੇਤੂ ਹੈ ਇਹ ਸਿੱਧੂ ਪਰਿਵਾਰ ਦਾ ਕਾਰਤਕ ਹੈ ਮੇਰੇ ਵੀਰ ਇਹ ਖਿਡਾਰੀ ਨੇ ਇੱਕ ਤਰੀਕ ਨੂੰ ਮਾਨਸਾ ਦੇ ਵਿੱਚ ਐਲਈਡੀ ਵੀ ਜਿੱਤੀ ਹੈ ਇਹ ਕਹਿੰਦੇ ਕਾਰਤਕ ਪਰ ਰਾਤ ਤੱਕ ਦੁਨੀਆ ਵੇਖਦੀ ਹੈ ਆਹ ਰਲ ਚਾਰ ਜਿਹੜੇ ਜੁੜ ਗਏ ਹੈ ਹਜੇ ਤੇ ਬਰਾੜਾ ਤੇਰੇ ਭੁੱਲਰ ਯਾਰ ਨੇ ਵੀ ਆਉਣਾ ਹੈ ਵੀ ਕਿਤੇ ਛੱਡ ਦੀ ਨਾ ਕਹਿ ਕੇ ਅਮਲੀ ਆਓ ਕਹਿੰਦੇ ਸਵਾਰ ਹੈ ਮੇਰੇ ਵੀਰੋ ਸਵਾਰ ਹੈ ਲਓ ਸਾਹਮਣੇ ਕਹਿੰਦੇ ਸਿੱਧੂਆਂ ਦਾ ਮੁੰਡਾ ਕਾਰਤਿਕ ਕਹਿੰਦੇ ਕਲਿਆਣ ਸੁਖੇ ਵਾਲਾ ਸਿੱਧੂਆਂ ਦੇ ਮੁੰਡੇ ਦੀਆਂ ਬਾਲਾਂ ਪੈ ਰਹੀਆਂ ਜਿਹਨੇ ਕਹਿੰਦੇ ਐਲਈਡੀ ਵੀ ਜਿੱਤੀ ਹੋਈ ਹੈ ਤੇ ਚੇਤਕ ਵੀ ਛੱਡੇ ਹੋਏ ਸਾਹਮਣੇ ਕਹਿੰਦੇ ਟਿਕਣ ਸਿਰੇ ਇੱਥੇ ਰੱਖ ਇੱਥੋਂ ਸਵਾਰ ਕਹਿੰਦੇ ਪੱਖਣਾ ਹੈ ਮੇਰੇ ਵੀਰੋ ਅੱਜ ਦੇ ਮੇਲੇ ਦੇ ਨਾਲ ਦੁਨੀਆਂ ਜੁੜ ਬੈਠੀਆਂ ਮੇਰੇ ਵੀਰੋ ਬੂਟਾ ਸਿੰਘ ਸਰਪੰਚ ਦਾ ਪੁੱਤ ਹੱਥ ਪਾ
ਮੈਂ ਕਰਾਰੇ ਵੀ ਸ਼ੱਕਾ ਤਲਵਿੰਦਰ ਨਾਲ ਔਰ ਤੇਰੇ ਦਿਖਾਉਂਦਾ ਤਾਰੇ ਵੀ ਸ਼ੱਕਾ ਤਲਵਿੰਦਰ ਨਾਲ ਤੜੇ ਦਿਖਾਉਂਦਾ ਤਾਰੇ ਵੀ ਤੜੇ ਦਿਖਾਉਂਦਾ ਤਾਰੇ ਵੀ ਆਓ ਤੁਹਾਡੇ ਸਾਹਮਣੇ ਕਹਿੰਦੇ ਜੇ ਤੇ ਕਹਿੰਦੇ ਲਹਿਰੀ ਵਾਲਿਆ ਆਓ ਸਾਹਮਣੇ ਸਕਰੀਨ ਆਈ ਉਹਨੇ ਜਿਹੜੀ ਉਹਦੇ ਉੱਪਰ ਦੀ ਕਈ ਚਲੀ ਤੇ ਫਿਰ ਗੱਲਾਂ ਹੋਣਗੀਆਂ ਜ਼ਰੂਰ ਫਿਰ ਤੇ ਕਹਿੰਦੇ ਗੱਲਾਂ ਹੋਣਗੀਆਂ ਜ਼ਰੂਰ ਆਓ ਤੁਹਾਡੇ ਸਾਹਮਣੇ ਆਓ ਬੱਲੇ ਬੱਲੇ ਫੈਸਲਾ ਤੇ ਕਹਿੰਦੇ ਫੈਸਲਾ ਤੇ ਹੋ ਗਿਆ ਫੈਸਲਾ ਤੇ ਹੋ ਗਿਆ ਭਰਾਣਾ ਫੈਸਲਾ ਤੇ ਹੋ ਗਿਆ ਫੈਸਲਾ ਤੇ ਹੋ ਗਿਆ ਟਿਕਟ ਪਾਕਿਸਤਾਨ ਨੂੰ ਮੁੜਨਾ ਪੈ ਗਿਆ ਤਲਵਿੰਦਰ ਨੂੰ ਮੁੜਨਾ ਪੈ ਗਿਆ ਇਹ ਕਾਰਤਿਕ ਦੀ ਬਾਲ ਬਰੀਆਂ ਲੱਗਿਆ ਇੱਕ ਤਾਰੀਆਂ ਮੁੰਡਿਆਂ ਦੇ ਵੀ ਜ਼ੋਰਦਾਰ ਮਾਰਦੇ ਮਿਲੇ ਕਾਰਤਿਕ ਨੇ ਵੀ ਕਹਿੰਦੇ ਸੁਰੇ ਦੀ ਬਾਲ ਪਾ ਦਿੱਤੀ ਮੇਰੇ ਵੀ ਲੋਕ ਕਾਰਤਿਕ ਨੇ ਕਹਿੰਦੇ ਸੁਰੇ ਦੀ ਬਾਲ ਪਾ ਦਿੱਤੀ ਹੈ ਪਰ ਬਾਲਾਂ ਦੇ ਕਹਿੰਦੇ ਮੁੰਡਾ ਟੌਪ ਵੀ ਇਹ ਪਾਉਂਦਾ ਜਦੋਂ ਵੀ ਪਾਉਂਦਾ ਆਹ ਗੱਗੂ ਆ ਗਿਆ ਰਾਮਪੁਰੇ ਵਾਲਾ ਗੱਗੂ ਕਹਿੰਦੇ ਕਿੱਲਾ ਦਾ ਮੁੰਡਾ ਆ ਗਿਆ ਰਾਮਪੁਰੇ ਦੀ ਧਰਤੀ ਦਾ ਮੈਚ ਕਹਿੰਦਾ ਅੱਗ ਨਿਕਲਦੀ ਮੈਚ ਕਹਿੰਦਾ ਐਨ ਅੱਗ ਨਿਕਲਦੀ ਹੈ ਪਈ ਹੋਈ ਬਾਲਾ ਆਓ ਸਾਹਮਣੇ ਗੱਗੂ ਰਾਮਪੁਰੇ ਵਾਲਾ ਇੱਕ ਗੱਗੂ ਹੈ ਮੇਰੇ ਵੀ ਉਹ ਰਾਮਪੁਰੇ ਵਾਲਾ ਇਹ ਖਿਲਾਰੀ ਦੀ ਦੀਪਗੜ ਦੇ ਟੂਰਨਾਮੈਂਟ ਦਾ ਚੇਤਕ ਆ ਕੇ ਤੂੰ ਹੈ ਗੱਗੂ ਰਾਮਪੁਰੇ ਵਾਲਾ ਇਹ ਵੀ ਕਹਿੰਦੇ ਆ ਚੱਟ ਮੌਜੇ ਹੀ ਕਰਦਾ ਹੈ ਰੱਬ ਨੇ ਤੋੜ ਕੋਈ ਨਾ ਛੱਡੀ ਇਹਦੀ ਦੱਸੀ ਹੋਈ ਕਿੰਨੇ ਛੱਬੀ ਨੇ ਦੋ ਹੋਰ ਤੇ ਛੱਬੀ ਰਾਣਾ ਜਿਹੜੇ ਉਹ ਰਾਮਪੁਰੇ ਮੰਡੀ ਦੀ ਟੀਮ ਦੀ ਦੋ ਹੋਰ ਤੇ ਛੱਬੀ ਰਾਣੇ ਦਰਸ਼ਕਾਂ ਦੀ ਜਿਹੜੀ ਹੈ ਨਾ ਉਹ ਟਿਕਟ ਕੀ ਲੱਗੀ ਹੋਈ ਹੈ ਵੀ ਮੈਚ ਕਹਿੰਦਾ ਦੁਨੀਆ ਸਵਾਦ ਲੈ ਰਹੀ ਹੈ ਅੱਜ ਦੇ ਮੈਚ ਕਹਿੰਦੇ ਦੁਨੀਆ ਨਿਆਰਾ ਤੱਕ ਰਹੀ ਹੈ ਦੋ ਓਵਰ ਤੇ ਗੋਬਿੰਦ ਛੱਬੀ ਹੋਏ ਆ ਐਨ ਗੱਲਾਂ ਟਿਕਾਣੇ ਲਾਉਣੀਆਂ ਪੈਣਗੀਆਂ ਮੇਰੇ ਵੀਰੋ ਵੀ ਫਸ ਗਿਆ ਮੈਚ ਫਸ ਗਈਆਂ ਕੁੰਡੀਆਂ ਆ ਬਾਹਰ ਬੈਠੇ ਲੋਕੀ ਗੱਲਾਂ ਕਰਦੇ ਵੀ ਟੀਮਾਂ ਕੋਹੇ ਚੱਗੀਆਂ ਬਾਹਰ ਬੈਠੇ ਲੋਕੀ ਗੱਲਾਂ ਕਰਦੇ ਵੀ ਟੀਮਾਂ ਕੋਹੇ ਚੱਗੀਆਂ ਆ ਭੁੱਲਰ ਆ ਗਿਆ ਕਲਿਆਣ ਸੁੱਖੇ ਵਾਲਾ ਇਹ ਭੁੱਲਰ ਹੈ ਮੇਰੇ ਵੀਰੋ ਕਲਿਆਣ ਸੁੱਖੇ ਵਾਲਾ ਕਹਿੰਦੇ ਨੇਤਰਾਂ ਨੇ ਗੱਲਾਂ ਕੀਤੀਆਂ ਕਿਤੇ ਛੱਡ ਦੀ ਨਾ ਕਹਿ ਅਮਰੀ ਤੇਰਾ ਕਾਇਦਾ ਤੇ ਯਾਰ ਚੱਲਦਾ ਪਰ ਭੁੱਲਰ ਦੀ ਖੇਡ ਚੱਕ ਤੋਂ ਬੰਦੀ ਹੈ ਮੇਰੇ ਵੀਰੇ ਭੁੱਲਰ ਪਹਿਲੀ ਬਾਲ ਪਾਉਣ ਦੇ ਲਈ ਤਿਆਰ ਹੈ ਸਾਹਮਣੇ ਕਹਿੰਦੇ ਗਵਿੰਦਰ ਸਿੰਘ ਸਿੱਧੂ ਹੈ ਮੁੰਡੇ ਦੇ ਵੱਡੇ ਚਰਚੇ ਹੈ ਤੇ ਨਾਨ ਸਟੈਗ ਤੇ ਕਹਿੰਦੇ ਅਸ਼ੂ ਟਰਾਂਪਰੇ ਵਾਲੇ ਦਾ ਚੁੰਡੀ ਦਾ ਯਾਰ ਹੈ ਕਹਿੰਦੇ ਹਰਪ੍ਰੀਤ ਸਿੰਘ ਗੱਗੂ ਮੇਰੇ ਵੀਰੋ ਤੇ ਭੁੱਲਾ ਰਹੇ ਹੈ ਜਗਸੀਰ ਸਿੰਘ ਸਿੱਧੂਆਂ ਦੇ ਮੁੰਡੇ ਦਾ ਬੱਲਾ ਚੱਲ ਪਿਆ ਹੈ ਰਣ ਕਹਿੰਦੇ ਗੋਬਿੰਦ ਨੇ ਚਾਰ ਆਪਣੀ ਟੀਮ ਨੂੰ ਜੋੜੇ ਹੈ ਹਰਦੀਪ ਭੱਜ ਭੱਜ ਕੇ ਭੁੱਲਰ ਦੇ ਕੋਲੇ ਆਉਂਦਾ ਹੈ ਵੀ ਭੁੱਲਰਾ ਆਏ ਨਾ ਕਰ ਵੀਰੇ ਵਾਟਾਂ ਦੂਰ ਦੀਆਂ ਨੇ ਵਾਟਾਂ ਕਹਿੰਦੇ ਦੂਰ ਦੀਆਂ ਹੈ ਆਏ ਨਾ ਕਰ ਉਹ ਗੋਬਿੰਦ ਰਾਮਪੁਰੇ ਵਾਲਾ ਤੁਹਾਡੇ ਸਾਹਮਣੇ ਮੇਰੇ ਪੰਜਾਬੀ ਵੀਰੋ ਮੁੰਡਾ ਕਹਿੰਦੇ ਕਮਾਲ ਕਰ ਰਿਹਾ ਹੈ ਆਪਣੀ ਟੀਮ ਲਈ ਵੀ ਚਿੱਪ ਕੱਟ ਗਏ ਯਾਰਾਂ ਨੇ ਕਿੱਲ ਕੱਟ ਗਏ ਕੀ ਪ੍ਰੋਬਲਮ ਹੋ ਗਈ ਤਸੰਦੀ ਨਾਲ ਝੱਟ ਮਿੱਤਰ ਰਾਜੇ ਖੇਲੇ ਹੱਥ ਦਾ ਵੀ ਸਿਰਾ ਹੋ ਗਿਆ ਉਹ ਝੜ ਗਈ ਸਰੀਰਾਂ ਨਾਲੋਂ ਕੰਨ ਮਿੱਤਰ ਆਏ ਨਾ ਛੱਡੋ ਕਲਿਆਣਾ ਵਾਲੋ ਰਾਮਪੁਰੇ ਵਾਲੇ ਭੈਣੇ ਆਏ ਪਿੰਡ ਛੱਡ ਕੇ ਆਉਣਗੇ ਟਿਕਾਣੇ ਨੇ ਹਿੱਟੇ ਆ ਰਹੇ ਆ ਭੁੱਲਰ ਦੀ ਬਾਲ ਲੈ ਰਾਮਪੁਰੇ ਵਾਲਿਆਂ ਆ ਬਾਲ ਤੇ ਹੁਰ ਹੁਰ ਹੋਣੀ ਚਾਹੀਦੀ ਹੈ ਪਈ ਹੋਈ ਬਾਲ ਕਲਿਆਣ ਸੁੱਖੇ ਵਾਲਾ ਮੇਰੇ ਵੀਰੋ ਜਿਲੇ ਬਠਿੰਡੇ ਦੀ ਧਰਤੀ ਆ ਕਲਿਆਣ ਸੁੱਖਾ ਪਿੰਡ ਹੈ ਤੇ ਭੁੱਲਰ ਦੀਆਂ ਬਾਲਾਂ ਪੈ ਰਹੀ ਹੈ ਆਓ ਸਾਹਮਣੇ ਪਈ ਹੋਈ ਬਾਲ ਤੇ ਗੱਗੂ ਰਾਮਪੁਰੇ ਵਾਲਾ ਸੋਨੀ ਕਲਿਆਣਾ ਵਾਲਾ ਬਾਲ ਨੂੰ ਫੀਲਡ ਕਰ ਚੁੱਕਿਆ ਹੈ ਸੋਨੀ ਕਲਿਆਣ ਸੁੱਖੇ ਦੀ ਧਰਤੀ ਦਾ ਮੇਰੇ ਪੰਜਾਬੀ ਵੀਰੋ ਮੈਚ ਸਿਰੇ ਦਾ ਟੱਕਰ ਦੇਖਣ ਵਾਲੀ ਹੈ ਮੇਰੇ ਮਿੱਤਰੋ ਰਾਮਪੁਰੇ ਮੰਡੀ ਦੀ ਟੀਮ ਬੈਟਿੰਗ ਕਰ ਰਹੀ ਹੈ ਤੇ ਸਿੰਘ ਕਲਿਆਣਾ ਵਾਲਾ ਮੇਰੇ ਵੀਰੋ
शीरे भुलर रही सिकल जरा जुड़ चुके मेरे वीरो एक बड़ा मैच है जोगानंद बड़े टूरनामेंट जरा खेडा च खड़े मेरे वीरो जब पैर पत्तन कदरो धरती हिलदी ਇਹ ਖੇਡ ਪਾਕਿਸਤਾਨ ਦੀ ਨਾਲੇ ਹੈਗੀ ਵੱਡੇ ਦਿਲ ਦੀ ਇਹ ਖੇਡ ਪਾਕਿਸਤਾਨ ਦੀ ਨਾਲੇ ਹੈਗੀ ਵੱਡੇ ਦਿਲ ਦੀ ਆਓ ਕਪੂਰ ਰਾਮ ਕਰਦੇ ਸਾਰਿਆਂ ਨੂੰ ਹੋਰ ਕਿਆ ਬਈ ਠੀਕ ਹੋ ਤਗੜਾ ਇਸ਼ਾਰ ਖੇਡ ਲਾਇਆ ਇੱਕ ਦੋ ਕਹਿੰਦੇ ਦੂਜੇ ਦੀ ਤਿਆਰੀ ਹੈ ਤੇ ਫੋਰ ਜਿਹੜੇ ਬਗੂ ਨੇ ਛੋੜ ਦਿੱਤੇ ਨੂਰਾਂ ਦੀ ਜਿਹੜੀ ਸਮਾਪਤੀ ਹੋ ਚੁੱਕੀ ਹੈ ਲਗੀ ਵੀਰੇ ਕਿੰਨੇ ਬਣ ਗਏ ਤੇਤੀ ਦੀ जिगरे वाली दी है मेरे वीरो कार्तिक फेर आ गया कार्तिक फेर आ गया मेरे वीरो सैंती रन है तीन ओवर से सैंती रन है कार्तिक कहते फेर आ गया मुंडा कल्याण सुखे वाला कार्तिक दिया कहते गल भी अगाई ने मैं भी सैंती हो हले ते कहते कोई बहुती गल नहीं बने मैं भी कार्तिक जिथे इतने लोड लगता है फिल्डर उठे कदला चौथे ओवर की शुरुआत जी हो जा रही है कार्तिक कार्तिक मेरे भी इन्हें भी कहने चेतक जितने आए पर जरा सामने मोटरसाइकिल का जेतु वापसी कर रहे मेरे वीरों खेल के मैदान के अंदर एक पासे सिद्धू ने पुत की गल है पर आ कहने किला ना पोता मेरे वीरों कद्दू मेरे वीर इन्हों का पिछोकर कहने किल कला पिंड वा पर बल्ले 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 आओ बल्ले आओ बल्ले बल्ले आओ बल्ले बल्ले आउट हो चुके कद्दू रामपुरे वाला जीरा कहते प्यार दुनिया को ओह खिलाड़ी भी आ गया जी दी कहते माझे मालवे के दुआबे अत की चढ़ाई है मेरे वीरो जगजीत सिंह औलक कहते मथा चूड़ी लुधियाने वाला भी कहते विशेष तौर पर आया कहते पिंड ने सद्या पर कृष्ण है मानस है कहते मेरे वीर कृष्ण यह है कृष्ण मुंडा कहने लैदर भी चोटे की खेरवा पर कहने कार्तिक की बाल है गोविंदा बल्ले 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 पाया तू सा बल्ले बल्ले का गोविंदा कहना इंज करके जाना जोगानंद कले कले इंजन करके आना जोगानंद कले कले कार्तिक ने कहने ਗੁਰਿੰਦਰ ਫੜਾ ਦੀ ਗੱਲ ਹੁੰਦੀ ਹੈ ਲਵਪ੍ਰੀਤ ਦੀ ਗੱਲ ਹੁੰਦੀ ਹੈ ਪਿਆਰ ਦੀ ਗੱਲ ਚੱਲਦੀ ਹੈ ਵੀ ਅਸੀਂ ਜਿਨ੍ਹਾਂ ਨਾਲ ਬੈਠਦੇ ਹਾਂ ਬੰਦੇ ਹਾਂ ਉਹਨਾਂ ਨਾਲ ਖੜਦੇ ਵੀ ਹੈ ਕਹਿੰਦੇ ਬਾਈ ਗੁਰਿੰਦਰ ਦੀ ਬੈਠਕ ਵਧੀਆ ਲੱਗੀ ਹੈ ਕਿ ਤਾੜੀ ਮਾਰੇ ਮੁੰਡੇ ਦੇ ਨਾਮ ਦੇ ਜੋਰ ਦਾ ਇਹ ਆਪਣੇ ਮੰਡੀ ਵਾਲਾ ਵੀ ਉਹ ਕਹਿੰਦੇ ਹੁੰਦੇ ਵੀ ਹਰੰਬੇ कार्तिक मुंडा पंज कल्याणा वाला मेरे वीरो फिर त्यार टक्कर कहते सिरे नहीं है तो खिलाड़ियों के दरम्यान बल्ले 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 तारियां बज रही है दर्शक कहते खुश रहे समाप्ति चार ओवर पंजाब ने चार ओवर
50 ਰਨ ਜਿਹੜੇ ਰਾਮਪੁਰੇ ਮੰਡੀ ਦੀ ਟੀਮ ਦੇ 4 ਓਵਰ ਸਮਾਪਤ ਹੈ ਤੇ 50 ਰਨ ਨੇ ਮੇਰੇ ਵੀਰੋ ਇਸ ਖੇਡ ਦੇ ਜਿਹੜੇ 2 ਓਵਰ ਬਾਕੀ ਨੇ 6-6 ਓਵਰ ਦਾ ਕਹਿੰਦੇ ਬੜਾ ਵਧੀਆ ਮੈਚ ਦੋਨੇ ਟੀਮਾਂ ਦੇ ਵਿਚਕਾਰ ਮੇਰੇ ਮਿੱਤਰੋ ਜਿਹੜਾ ਖੇਡਾ ਜਾ ਰਿਹਾ ਹੈ 4 ਓਵਰ ਤੇ 50 ਰਨ ਹੈ ਜਿਹੜੇ ਰਾਮਪੁਰੇ ਮੰਡੀ ਦੀ ਟੀਮ ਦੇ ਆਹ ਕਲਿਆਣਾ ਵਾਲੇ ਸਾਰੇ ਇਕੱਠੇ ਕਰ ਰਹੇ ਆ ਕੋਈ ਸਲਾਹ ਕਰ ਰਹੇ ਆ ਕੋਈ ਰਾਇ ਕਰ ਰਹੇ ਆ ਕੋਈ ਰਣਨੀਤੀ ਬਣਾ ਰਹੇ ਆ ਵੀ ਜਿਹੜੇ 2 ਓਵਰ ਮਗਰਲੇ ਡਿੱਗਣੇ ਨਾ ਤੇ ਸਕੋਰ ਰੋਕਣੇ ਪੈਣਗੇ ਸਕੋਰ ਕਹਿੰਦੇ ਰੋਕਣੇ ਪੈਣਗੇ ਉਹ ਨਾ ਹੋਵੇ ਵੀ ਮਗਰਲੀਆਂ 12 ਗੇਂਦਾਂ ਦੇ ਵਿੱਚ ਲਹਿਰੇ ਵਾਲੇ ਆਓ 90 ਪਰਾਸਣਾ ਹੋਇਆ ਨਾ ਤੇ ਗੱਲਾਂ ਹੋਣਗੀਆਂ ਜਰੂਰ ਸਾਹਮਣੇ ਮੁੰਡਾ ਕਹਿੰਦੇ ਐਸਲ ਸੈਟੋ ਕਹਿੰਦੇ ਟੂਰਨਾਮੈਂਟ ਦਾ ਮੈਨ ਆਫ ਦੀ ਸੀਰੀਜ਼ ਬਣੇ ਆ ਮੇਰੇ ਵੀਰ ਇਹ ਨਵੀਂ ਇਨਕਮ ਸੋਨੀ ਕਲਿਆਣਾ ਵਾ ਹਾਲ ਪਾਉਣ ਦੇ ਲਈ ਤਿਆਰ ਹੈ ਨਵੀਂ ਇਨਕਮ ਚੜ੍ਹਾਈ ਤੇ ਚੜ੍ਹਦੇ ਮੁੰਡੇ ਦੀ ਵੀ ਤਗਦੇ ਸਮੁੰਦਰਾਂ ਦੇ ਰੁੱਖ ਮੋੜਦੇ ਧਨ ਧਨ ਹੋ ਗਿਆ ਕ੍ਰਿਕਟ ਵਾਲੇ ਰਾਜੇ ਖੇਲੇ ਮਿੱਤਰਾਂ ਨੇ ਦੁੱਖ ਤੋੜਦੇ ਹਾਲ ਕਹਿੰਦੇ ਸੋਨੀ ਦੀ ਸਾਹਮਣੇ ਮੁੰਡਾ ਕਹਿੰਦੇ ਕ੍ਰਿਸ਼ਨ ਮੇਰੇ ਵੀਰੋ ਔਰ ਗੱਲ ਕਿਹੋ ਜਿਹੀ ਬਣਦੀ ਹੈ ਤੂੰ ਖਿਡਾਰੀਆਂ ਦੇ ਦਰਮਿਆਨ ਪਈ ਹੋਈ ਟੱਕਰ ਖੇਡਾ ਸ਼ਾਮ ਦੇ ਰਨ ਤੂੰ ਸੋਨੀ ਕਹਿੰਦੇ ਕਲਿਆਣਾ ਵਾਲਾ ਸੈਕੋ ਕਹਿੰਦੇ ਮੇਲੇ ਦਾ ਬੈਸਟ ਹੈ ਤੇ ਸਾਧਕ ਦੇ ਮੇਲੇ ਦਾ ਵੀ ਕਹਿੰਦੇ ਬੈਸਟ ਖਿਡਾਰੀ ਮੇਰੇ ਵੀ ਉਹ ਬਾਲਾ ਪਾ ਰਿਹਾ ਹੈ ਸੋਨੀ ਕਲਿਆਣ ਸੁੱਖੇ ਦੀ ਧਰਤੀ ਦਾ ਆਹ ਤੁਹਾਡੇ ਸਾਹਮਣੇ ਹੈ ਲੈ ਰਾਮਪੁਰੇ ਵਾਲਿਆ ਜਿਹੜੇ 2 ਓਵਰ ਹੈਗੇ ਨਾ ਇਹਨਾਂ ਦੇ ਵਿੱਚ ਪਹਿਲਾ ਬੜਾ ਕੌਲੀ ਪੈਣੀ ਹੈ ਕਲਿਆਣਾ ਵਾਲਾ ਸੋਨੀ ਬਾਲ ਪੌਂਦਰੀ ਕਹਿੰਦੇ ਫੇਰ ਤਿਆਰ ਹੈ ਖੇਡ ਮੈਦਾਨ ਦੇ ਅੰਦਰ ਮੇਰੇ ਵੀਰ ਬਾਲ ਸੋਨੀ ਦੀ ਹੈ ਪਲਟੂ ਨੀ ਆਇਆ ਤੇ ਪਲਟੂ ਕਹਿੰਦੇ ਮੈਚ ਪਲਟਣਾ ਅਜੇ ਤੇ ਭੋਟੀ ਨੀ ਆਇਆ ਅਜੇ ਤੇ ਸਿੰਘਾਂ ਪੁਰਾਣਾ ਨੀ ਆਇਆ ਉਹ ਕੰਨਾਂ ਦੇ ਕਹਿੰਦੇ ਹੁੰਦੀਆਂ ਪਾਲ ਕਹਿੰਦੇ ਫੇਰ ਮੁੰਡਾ ਪਾਉਣ ਦੇ ਲਈ ਤਿਆਰ ਹੈ ਸਾਹਮਣੇ ਕਹਿੰਦੇ ਕ੍ਰਿਸ਼ਨ ਸੋਨੀ ਤੇ ਕ੍ਰਿਸ਼ਨ ਦੀਆਂ ਗੱਲਾਂ ਨੇ ਆਹ ਮੁਕਾਬਲਾ ਬੜਾ ਤਗੜਾ ਖੇਡਿਆ ਜਾ ਰਿਹਾ ਹੈ ਪਹਿਲਾਂ ਤੇ ਇੰਨਾ ਲੱਗਦਾ ਸੀਗਾ ਵੀ ਸਕੋਰ ਕਿਤੇ ਰੋਕਣਾ ਯਾਰ ਪਰ ਜਦੋਂ ਕ੍ਰਿਸ਼ਨ ਨੇ ਛੱਕਾ ਭੁੰਨ ਕੇ ਮਾਰਿਆ ਨਾ ਤੇ ਹੌਸਲਾ ਵਧਿਆ ਮੁੰਡੇ ਦਾ ਵੀ ਟਾਰਗੇਟ ਵੱਡਾ ਸੈੱਟ ਹੋਵੇਗਾ ਹੈਰੀ ਸੋਨੀ ਹੁਣ ਕੋਈ ਨਾ ਕੋਈ ਤੇ ਵੀਰੇ ਕਰਨਾ ਪੈਣਾ ਕ੍ਰਿਸ਼ਨ ਆ ਬਾਲ ਸਿਰੇ ਦੀ ਮੰਨਾ ਭਾਊ ਦੇ ਛੱਕਾ ਤੇ ਲਾਉਣੀ ਪੈਣਾ ਸਾਹਮਣੇ ਕ੍ਰਿਸ਼ਨ ਦੇ ਕਹਿੰਦੇ ਸੋਨੀ ਦੇ ਦਰਮਿਆਨ ਫਿਰ ਜਿਹੜੀ ਟੱਕਰ ਸੜਕ ਸੋਹਣਿਆ ਵੇ ਪੈਂਦਾ ਪੈਂਦਾ ਪੈ ਜਾਂਦਾ ਏ ਸੜਕ ਸੋਹਣਿਆ ਵੇ ਪੈਂਦਾ ਪੈਂਦਾ ਪੈ ਜਾਂਦਾ ਏ ਸੜਕ ਸੋਹਣਿਆ ਵੇ ਹੁਣ ਬਹੁਤੇ ਸਪੋਟਰਾਂ ਜਿਹੜੇ ਰਾਮਪੁਰੇ ਵਾਲੇ ਪਾਸੇ ਆ ਜਦੋਂ ਕੈਚ ਛੱਡਿਆ ਗਿਆ ਨਾ ਇੱਕ ਬਾਈ ਦੇ ਕੋਟੀ ਪਾਈਆ ਜਿਹਦੇ ਚ ਲਾਲ ਧਾਰੀਆਂ ਉਹਨੇ ਕਹਿੰਦੇ ਤਾੜੀਆਂ ਪਾਲੀਆਂ ਮਾਰ ਗਿਆ ਉਹਨੇ ਕਹਿੰਦੇ ਤਾੜੀਆਂ ਪਾਲੀਆਂ ਮਾਰ ਗਿਆ ਜਿਹੜਾ ਸਪੀਕਰ ਦੇ ਕੋਲ ਬੈਠਾ ਉਹ ਸਾਹਮਣੇ ਬਾਲ ਕਹਿੰਦੇ ਫੇਰ ਆਹ ਕਰਿੰਦਾ ਸਿੱਧੂ ਤਿਆਰ ਹੈ ਕਾਰਤਿਕ ਦੀ ਬਾਲ ਉਹ ਬੱਲੇ ਸੋਨੀ ਸੋਨੀ ਹੈ ਮੇਰੇ ਵੀਰੋ ਸੋਨੀ ਕਹਿੰਦੇ ਕਲਿਆਣਾ ਵਾਲਾ ਸੋਨੀ ਕਲਿਆਣਾ ਵਾਲਾ ਉਹ ਚੜ ਚੜ ਕੇ ਬਾਲਾ ਪਾਉਂਦਾ ਹੈ ਇਹ ਕਹਿੰਦਾ ਰਾਮਪੁਰੇ ਵਾਲੇ ਨੂੰ ਉਹ ਗੋਬਿੰਦ ਛੱਕੇ ਮਾਰੇ ਹੋਣਗੇ ਹੋਰਾਂ ਨੂੰ ਮਾਰੇ ਹੋਣਗੇ ਜੇ ਦਾਮਾ ਤੇ ਮੈਨੂੰ ਮਾਰ ਕੇ ਰਿਹਾ ਇਹਨੂੰ ਖੱਤੀ ਖਾਨ ਕਹਿੰਦੇ ਆ ਹੁਣ ਤੇ ਉਹ ਗੱਲ ਨਾ ਬਣ ਜਾਵੇ ਵੀ ਉਹ ਦੇਖ ਰਗੜ ਕੇ ਰੱਖਦਾ ਨੀ ਅੱਜ ਬਈ ਝੋਟੀ ਦਾ ਬਈ ਝੋਟੀ ਦੇ ਰਗੜੇ ਜਾਣੇ ਆ ਉਸ ਬੰਦੇ ਦੇ ਪ੍ਰੇ ਰਗੜੇ ਜਾਣੇ ਆ ਆ ਪਾਲ ਕਹਿੰਦੇ ਸੋਨੀ ਦੀ ਮੁੰਡਾ ਤਿਆਰ ਸਹੀ ਗੱਲ ਆ ਨਾ ਰਾਮਪੁਰੇ ਵਾਲੇ ਪਾਸੇ ਜਿਹੜੇ ਰਾਮਪੁਰੇ ਵਾਲੇ ਪਾਸੇ ਇੱਕ ਤਾਰੀ ਜ਼ੋਰਦਾਰ ਮਾਰੀ ਮੇਰੇ ਵੀਰ ਤੇ ਜਿਹੜੇ ਕਹਿੰਦੇ ਵੀ ਜਿੱਤੇ ਕੋਈ ਮਰਜ਼ੀ ਆਪਾਂ ਤਾਂ ਨਿਆਰੀ ਲੈਣਾ
ਪੱਟੀ ਸਾਰੀ ਮਾਰਦੇ ਮੇਰੇ ਵੀਰ। ਇੱਕ ਕਹਿੰਦਾ ਮਾਰਦੇ ਤਾਰੀ ਨਜ਼ਾਰੇ ਕਹਿੰਦੇ ਆ, ਪਰ ਉਹ ਕਹਿੰਦਾ ਨਾ ਰਾਪਰੇ ਵਾਲੇ ਪਾਸੇ ਗਏ ਬਸ। ਦੁਨੀਆ ਕਹਿੰਦੇ ਸਵਾਦ ਦੀ ਭੁੱਖੀ ਹੈ, ਸਟਾਰਟ ਹੋ ਗਏ ਵੀਰੇ ਪੰਜ ਓਵਰ ਤੇ ਸਟਾਰਟ ਹੋ ਗਏ ਜਿਹੜੇ। ਉਹਦੇ ਕੂੜੀਆਂ ਬਹੁਤ ਵੱਜੀਆਂ, ਉਹਦੇ ਕੂੜੀਆਂ ਬਹੁਤ ਵੱਜੀਆਂ, ਪਰ ਮੰਨਿਆ ਨੀ, ਮਾਂ ਦੇ ਪੁੱਤ ਨੇ ਸੀ ਨਹੀਂ ਕੀਤੀ, ਕਹਿੰਦਾ ਪਤਾ ਰਾਪਰੇ ਵਾਲੇ ਪਾਸੇ ਹੈ। ਤਲਵਿੰਦਰਾ ਆਹ ਜਿਹੜੇ ਬੈਠੇ ਨੇ ਤੁਹਾਡੀ ਟੀਮ ਦੀ ਸਪੋਰਟ ਤੇ ਹੈ, ਇਹ ਜਿਹੜੇ ਹੈਦਰ ਦੇ ਪਾਸੇ ਨੂੰ ਹੈ ਉਹ ਕਲਿਆਣ ਵਾਲਿਆਂ ਦੀ ਸਪੋਰਟ ਤੇ ਹੈ। ਇਹਨੂੰ ਰਵਾਂਡਾ ਕਹਿੰਦੇ ਆ ਮੇਰੇ ਵੀਰੋ, ਔਰ ਰਵਾਂਡਾ ਕਹਿੰਦੇ ਬਾਲ ਪਾਉਣ ਦੇ ਲਈ ਆ ਗਿਆ, ਸਤਾਟ ਭਰ ਗਿਆ, ਛੇ ਬਾਲਾਂ ਦੀ ਖੇਡ ਬਾਕੀ ਹੈ। ਜਿਹੜੀ ਕਲਿਆਣ ਵਾਲਿਆ ਉਹ ਰਵਾਂਡਾ ਦੀ ਪਹਿਲੀ ਬਾਲ, ਸਭਨੇ ਰਵਾਂਡੇ ਦੀ ਪਹਿਲੀ ਬਾਲ, ਖੁਸ਼ ਹੈ ਦੁਨੀਆ ਖੁਸ਼ ਹੈ। ਜਦੋਂ ਦੁਨੀਆ ਖੁਸ਼ ਨੇ ਲਹਿਰੇ ਮਾਰਿਆ ਤੇ ਸੱਚ ਉਹਨਾਂ ਦੀ ਰਾਤਾ ਬਾਬੂ ਕਾ ਹੋ ਜਾਂਦਾ ਕੋਚ, ਸਾਰਾ ਪਿੰਡ ਗਾਲਾ ਨਹੀਂ ਜਾਂਦਾ ਲਾਈਵ ਚ ਮੈਨੂੰ ਕਿ ਇਹਨੇ ਦੋ ਛੱਡ ਦੇ ਪਾਲ ਬਾਟੇ ਦੀ। ਤੇਰੇ ਕਰਕੇ ਨੀ ਹੁੰਦਾ ਬਈ, ਆਉਣੇ ਪੈਂਦੇ ਤੌਲੇ ਵੀ ਦਿਖਾਉਂਦਾ, ਇਹ ਪੱਟ ਵੀ ਦਿਖਾਉਂਦਾ ਜਿਹੜਾ ਟਿਕ ਟਾਕ ਨੇ ਰਣਜੀਤ ਕੌਰ ਦਿਖਾਉਂਦੀ ਹੈ। ਪਿਛਲੇ ਦੋ ਚ 40 ਬਣ ਗਏ ਤੇ 90 ਬਣ ਗਏ, 91 ਬਣਾਉਣੇ ਆ, 90 ਬਣ ਗਏ 15 ਛੱਕੇ ਲਾਉਣੇ ਆ। ਦੱਸਿਆ ਸੀ ਵੀ 90 ਪਲੱਸ ਹੋ ਸਕਦੇ ਆ, ਜਿਹੜੇ ਹਿਸਾਬ ਦੇ ਰਹੇ ਆ ਮੈਂ ਦੱਸਿਆ ਕਿਤੇ ਬੁਗਰਿਆਂ ਦੀ ਗੱਲ ਨਾ ਹੋ ਜੇ। ਸ਼ੇਅਰ ਕਰ ਦੋ ਬਈ, ਮੈਟ ਬਹੁਤ ਤਕੜਾ ਫਸਮਾ। 91 ਦਾ ਟਾਰਗੇਟ ਆ ਉਸਤਾਦ,
तीन चार सिक्के रेंदे होंगे खा देना फिर जट की क्लिप की न्यूज असी बना बना के शेयर करके फिर कहना हो गड्डू गल ने लेके नहीं जाना ना जे खा गया कृष्ण कहने भाटिए ने नहीं लेके जाना आशुरी चढ़ाई जिनी टिक टॉक ते रंजीत कौर भाभी की चढ़ाई है ना उन्नी चढ़ाई है क्रिकेट दे विच आशु रामपुरे वाले की नब्बे बने कानवे बनाने जे ते खड़ गया फिर ते कहिंदे कानवे भी चेस हो जाणगे ते जे कहिंदे सोली खड़ गया ना क्रिकेट ना कहिंदे हीरो प्लेयर फिर ते गल्लां गां होण गईआं ने फील्डिंग लाओ जी फील्डिंग जल्दी रामपुरा पिंड की टीम ताशरी आ जाए मेरी बेटी है सुरविंदर रामपुरा प्यार नाल फुंडी भी कहते आए रामपुरा पिंड के जोगा ना दो दो आ सकता वापस
सामने बाल कहते फिर मेरे वीर पहले च पी लग गया आओ सत्ता रह गया ते बाल कत्ती पिया मेरे वीर फिर जे सच्चा ते रब ने दिता भी बड़ा कुछ बहुत लोगों की सोच भी ट्रैक्टर जित जाइए फट जित जाइए एक बार जोरदार तारी ट्रैक्टर में लाके मारो कार्तिक ते सोनी ते भी गल खड़ी पूरी खड़ी है सोनी ते भी गल पूरी खड़ी है ककुर राम परे वाला आओ तुहाडे सामने No.
24 ਬਾਲਾਂ ਰਹਿ ਗਈਆਂ 24 ਬਾਲਾਂ 11 ਛੱਕੇ ਬਣਦੇ ਆ 11 ਛੱਕੇ ਲੈ ਕਾਰਤਿਕ ਬਾਈ ਓਏ ਮੈਂ ਸੁਣਿਆ ਬੱਲੇ ਬੜੇ ਅੱਛੇ ਕਰਦਾ ਮੁੰਡਾ ਪਈ ਹੋਈ ਬਾਲ ਓ ਬੱਲੇ ਲੱਖੀ ਲਹਿਰੇ ਦਾ ਬਹੁਤ ਧੰਨਵਾਦ ਹੈ ਇਹ ਸੇਰੀ ਦਾ ਕਹਿੰਦੇ ਮਹਾਨ ਬਣਾ ਲਿਆ ਮੇਰੇ ਵੀਰੋ ਅੱਜ ਮੋਹ ਭਰੇ ਸਾਡੇ ਗੋਲ ਜੀ ਸਾਡਾ ਵੀਰ ਆ ਸਾਡਾ ਪੁਰਾਣੀ ਸਾਜਾ ਮੈਂ ਮਿਲੇ ਨੂੰ ਇਹਨੂੰ ਬਹੁਤ ਟਾਈਮ ਹੋ ਗਿਆ ਸੀਗਾ ਤੇ ਗੋਲ ਜੀ ਕਹਿੰਦਾ ਵੀ ਪਿੰਡ ਮੇਲਾ ਤੇ ਆਉਣਾ ਅੱਜ ਕਬੱਡੀ ਦਾ ਟੂਰਨਾਮੈਂਟ ਆ ਖਿਓਲੀ ਦੇ ਵਿੱਚ ਉੱਥੇ ਵੀ ਜਾਣਾ ਜ਼ਰੂਰੀ ਹੈ ਅਗਲੇ ਨੂੰ ਹਾਨੀ ਪੜ੍ਹਾਈ ਹੈ ਤੇ ਉਹ ਵੀ ਜ਼ਰੂਰੀ ਹੈ ਪਰ ਗੋਲ ਜੀ ਦਾ ਪਿਆਰ ਆ ਸਾਡੇ ਵੀਰ ਦਾ ਚੰਗੇ ਮਾੜੇ ਦਿਨ ਆਉਂਦੇ ਰਹਿੰਦੇ ਬੰਦੇ ਆ ਜਾ ਰਹੀ ਉਹ ਭੁੱਲੀ ਦੇ ਪੁਰਾਣੇ ਬੰਦੇ ਆ ਚੰਗੇ ਮਾੜੇ ਦਿਨ ਆਉਂਦੇ ਰਹਿੰਦੇ ਆ ਬੰਦਾ ਬੰਦਿਆਂ ਦੇ ਕਰਕੇ ਬੰਦਾ ਆਉਂਦਾ ਯਾਰਾਂ ਦੋਸਤਾਂ ਦੇ ਕਰਕੇ ਬੰਦਾ ਆਉਂਦਾ ਉਹ ਸਾਹਮਣੇ ਬਾਹਰ ਤੇ ਟਿਕਟ ਕਹਿੰਦੇ ਡਿੱਗ ਚੁੱਕੀ ਹੈ ਮੇਰੇ ਵੀਰੋ ਟਿਕਟ ਡਿੱਗ ਚੁੱਕੀ ਹੈ ਇੰਨੀ ਕੁ ਹਾਜ਼ਰੀ ਕਲੋ ਕਬੂਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਲੱਖੀ ਲਹਿਰ ਵਾਲੇ ਦਾ ਪਰ ਇਧਰਲੇ ਪਾਸੇ ਕਹਿੰਦੇ ਤਗੜਾ ਮੰਗਲ ਹਾਂਜੀ ਲੈ ਵੀ ਸਾਡੇ ਬਾਲਿੰਗ ਦਾ ਫੈਸਲਾ ਲਿਆ ਰਾਮਪੁਰੇ ਪਿੰਡਾਂ ਪਿੰਡ ਦੇ ਬੋਲੋ ਕਹਿ ਰਹੇ ਹਾਂ ਜੀ ਕਰਮਾਂ ਦੇ ਉਮਰ ਹੋ ਗਿਆ ਦੱਸੋ ਜੀ ਆਸ਼ੂ ਜੀ 29 ਤਿੰਨ ਉਮਰ 29 ਬਾਹਰ ਰਹਿ ਗਈ 63 ਤਾਰੀਆਂ ਮਾਰ ਦੇ ਲੱਖੀ ਲਹਿਰ ਦਾ ਬੜਾ ਸਨਮਾਨ ਕੀਤਾ ਜਾ ਰਿਹਾ ਮੈਂ ਕਰਦਾ ਜੀ ਵਿਸ਼ੇਸ਼ ਤੌਰ ਤੇ ਸਨਮਾਨ ਲੱਖੀ ਲਹਿਰੇ ਵਾਲ ਦਾ ਕਹਿੰਦੇ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਜਾ ਰਿਹਾ ਸਾਡੀ ਮੈਨੇਜਮੈਂਟ ਦੇ ਵੱਲੋਂ ਵੱਡਾ ਧੰਨਵਾਦ ਇਸ ਏਰੀ ਦਾ ਕਹਿੰਦੇ ਮਹਾਨ ਬਣਾਦਾ ਮੇਰੇ ਵੀਰੋ ਨਾਲ ਸਿੱਧੂਆਂ ਦੇ ਮੁੰਡੇ ਦੀ ਬਾੜ ਪੈ ਰਹੀ ਹੈ ਗੋਬਿੰਦ ਰਾਮਪੁਰੇ ਵਾਲਾ ਵਧਿਆ ਹੋਇਆ ਆਹ ਪਈ ਹੋਈ ਬਾੜ ਤੇ ਭੁੱਲਰ ਦੀ ਮੇਰੇ ਵੀਰੋ ਟਰਾਈ ਵੱਡੀ ਹੈ ਭੁੱਲਰ ਕਲਿਆਣ ਸੁੱਖੇ ਵਾਲਾ ਕਲਿਆਣ ਸੁੱਖੇ ਦੀ ਟੀਮ ਮਿਲੀ ਲੈ ਵੀ ਜੋਗਾਨੰਦ ਵਾਲਿਓ ਹੁਣ ਤਿਆਰੀ ਫੜਗੋ ਮੈਂ ਸੁਣਿਆ ਵੀ ਅੱਜ ਬੰਦੇ ਮਾਰ ਪੁੱਜਿਆ ਕ੍ਰਿਕਟ ਦਾ ਕਹਿੰਦੇ ਬੰਦੇ ਮਾਰ ਮੱਥਾ ਜੂੜੀ ਕਹਿੰਦੇ ਲੁਧਿਆਣੇ ਵਾਲਾ ਪੁੱਜਾ ਹੋਇਆ ਮੇਰੇ ਪੰਜਾਬੀ ਵੀਰੋ ਗੱਲਾਂ ਹੋ ਰਹੀਆਂ ਤੇ ਉਧਰਲੇ ਪਾਸੇ ਪ੍ਰਸ਼ਾਦ ਖੱਡੂ ਸੰਗਰੂਰ ਵਾਲਾ ਚੱਲਦੇ ਮੈਚ ਦੀ ਗੱਲ ਆਏ ਉੱਧਰ ਭੁੱਲਰ ਕਲਿਆਣ ਸੁੱਖੇ ਵਾਲਾ ਤਿਆਰ ਦਾ ਤਿਆਰ ਹੈ ਆਪਣੀ ਟੀਮ ਲਈ ਕਈ ਹੋਈ ਗੋਲਾਂ ਦੀ ਬਾਲ ਆਓ ਸਾਹਮਣੇ ਸੋਲੀ ਬਾਲ ਕਹਿੰਦੇ ਗੋਬਿੰਦ ਰਾਮਪੁਰੇ ਵਾਲਾ ਬਾਲਾ ਭਾਵੇਂ ਲੱਖ ਪੈਣੀ ਹੈ ਗੱਲ ਛੱਕਿਆ ਤੇ ਮੁੱਕਣੀ ਹੈ ਉਮਰ ਤੇ ਕਹਿੰਦੇ ਸਮਾਪਤ ਹੈ 4 ਓਵਰ 34 ਰਨ ਹੈ ਜਿਹੜੇ ਕਲਿਆਣ ਸੁੱਖੇ ਨੇ 12 ਜਿਹੜੀਆਂ ਗੇਂਦਾਂ ਬਾਕੀ ਨੇ ਚੱਲਦੇ ਮਿਲਦੇ 2 ਜਿਹੜੇ ਬਾਕੀ ਨੇ ਮੇਰੇ ਵੀਰੋ ਮੇਰੇ ਹਿਸਾਬ ਦੇ ਨਾਲ ਜਦ ਭੋਟੀ ਦੀਆਂ ਗੱਲਾਂ ਹੋ ਰਹੀਆਂ ਪਰ ਭੋਟੀ ਦਾ ਲਹਿਰੇ ਵਾਲੇ ਮੈਲ ਦਾ ਐਕਸ਼ਨ ਕਹਿੰਦੇ ਦੁਨੀਆ ਤੋਂ ਵੱਖਰਾ ਹੈ ਇਹਦੇ ਤੋਂ ਉੱਪਰ ਬੋਲਦੇ ਆਉਣਾ ਤੇ ਜ਼ਿਆਦਾਤਰ ਬੈਟਸਮੈਨ ਨੂੰ ਸਮਝ ਨਹੀਂ ਆਉਂਦੀ ਭੋਟੀ ਰਾਮਪੁਰੇ ਵਾਲਾ ਕਹਿੰਦੇ ਉਮਰ ਪਾਉਣ ਲਈ ਤਿਆਰ ਹੈ ਭੋਟੀ ਪਈ ਹੋਈ ਬਾਲ ਆਓ ਸਾਹਮਣੇ ਗਗਨ ਕਲਿਆਣ ਸੁੱਖੇ ਪਿੰਡ ਵਾਲਾ
ਕਰਾਂ ਮੇਰੇ ਵੀਰੋ, ਟਾਈ ਕਰਦਾ ਹੋਇਆ ਖੇਡ ਮੈਦਾਨ ਦੇ ਅੰਦਰ ਇਧਰਲੇ ਪਾਸੇ ਸੈਕਿੰਡ ਲਾਸਟ ਓਵਰ ਹੈ, ਪਈ ਹੋਈ ਬਾਲ ਆਓ ਸਾਹਮਣੇ ਅੱਗੂ ਰਾਮ ਭਰੇ ਵਾਲਾ ਅਗਲੇ ਮੈਚ ਦੀਆਂ ਟੀਮਾਂ ਰਾਮਪੁਰਾ ਪਿੰਡ ਤੇ ਜੋਗਾਨੰਦ ਪਿੰਡ ਦੀ ਕਹਿੰਦੇ ਮਿਹਰਬਾਨੀ ਖੇਡੂ ਹਾਂਜੀ ਬੋਲੋ ਜੀ ਬੋਲੋ ਕਹਿ ਰਹੇ ਬਹੁਤ ਬਹੁਤ ਧੰਨਵਾਦ ਕਰਾਂਗੇ ਸਾਡੇ ਭਰਾਵਾਂ ਦਾ ਅਮਰਪਾਲ ਸਿੰਘ ਜੀ ਢਿੱਲੋਂ ਤੇ ਲਵਪ੍ਰੀਤ ਭੁੱਲਰ ਜਿਨ੍ਹਾਂ ਦੀ ਯਾਦ ਨੂੰ ਸਮਰਪਿਤ ਹੈ ਮੇਰੇ ਵੀਰੋ ਅੱਜ ਦਾ ਖੇਡ ਮੇਲਾ ਹੈ ਔਰ ਲਾਸਟ ਦਾ ਨਾ ਕਹਿੰਦੇ ਜੋਗਾਨੰਦ ਦੇ ਵੱਡੇ ਖੇਡ ਮੇਲੇ ਦਾ ਉਹਨਾਂ ਭਰਾਵਾਂ ਦੀ ਕਹਿੰਦੇ ਯਾਦ ਨੂੰ ਸਮਰਪਿਤ ਅੱਜ ਦਾ ਖੇਡ ਮੇਲਾ ਕਿ ਛੱਡ ਕੇ ਦੁਨੀਆਦਾਰੀ ਇੱਕ ਦਿਨ ਜਾਣੀ ਮਾਰ ਵਡਾਰੀ ਰੂਹਾਂ ਦੇ ਰਾਹ ਸਿਵਿਆਂ ਦੇ ਪੈ ਜਾਂਦੀਆਂ ਨੇ ਬੰਦਾ ਤੇ ਚਲਿਆ ਜਾਂਦਾ ਪਿੱਛੋਂ ਯਾਦਾਂ ਰਹਿ ਜਾਂਦੀਆਂ ਨੇ ਉਹਨਾਂ ਯਾਦਾਂ ਨੂੰ ਕਹਿੰਦੇ ਅੱਜ ਤਾਜ਼ਾ ਕੀਤਾ ਜਾ ਰਿਹਾ ਓਵਰ ਸਮਾਪਤ ਲੈ ਵੀ ਆਸ਼ੂ ਦੱਸੀ ਲਾਸਟ ਓਵਰ ਅਗਰੀ ਇਸ ਤੋਂ ਬਾਅਦ ਪੰਜ ਚਾਰ ਸਾਢੇ ਚਾਰ ਲਿਆਓ ਕੋਈ ਕੁਰਸੀ